ਉਥੇ ਵਿਰੋਧੀ ਧਿਰ ਵੱਲੋਂ ਬਜਟ ਦੀ ਨਿਖੇਧੀ ਕਰਨਾ ਬੇਸ਼ੱਕ ਸੁਭਾਵਕ ਹੈ ਪਰ ਕਿਸਾਨ ਵੀ ਇਸ ਤੋਂ ਕੁਝ ਖਾਸ ਖੁਸ਼ ਨਜ਼ਰ ਨਹੀਂ ਆਏ। ਫਿਲਹਾਲ ਵਾਧੇ ਅਗਲੀ ਵੱਡੀ ਖਬਰ ਵੱਲ। ਉਥੇ ਖਬਰ ਆ ਰਹੀ ਹੈ ਕਿ ਲੁਧਿਆਣਾ ਵਿਖੇ ਪ੍ਰਦਰਸ਼ਨ ਕਰ ਰਹੇ ਕੁਝ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੀ ਗੱਡੀ ਉੱਤੇ ਹਮਲਾ ਕਰ ਦਿੱਤਾ। ਗੱਡੀ ਤੇ ਪਥਰਾ ਕੀਤਾ ਗਿਆ ਤੇ ਲਾਠੀਆਂ ਵੀ ਵਰਾਈਆਂ ਗਈਆਂ ਨੇ। ਇਸ ਦੇ ਬਾਰੇ ਹੋਰ ਜਾਣਕਾਰੀ ਲਈ ਸਾਡੇ ਪੱਤਰਕਾਰ ਵਰਿੰਦਰ ਕੁਮਾਰ ਇਸ ਸਮੇਂ ਫੋਨ ਲਾਈਨ ਤੇ ਮੌਜੂਦ ਨੇ। ਜੀ ਵਰਿੰਦਰ। ਜੀ ਪੁਰਨੀਤ। ਜੀ ਵਰਿੰਦਰ, ਅਰਵਿੰਦ ਕੇਜਰੀਵਾਲ ਦੀ ਕਾਰ ਤੇ ਹੋਏ ਹਮਲੇ ਬਾਰੇ ਕੀ ਹੈ ਪੂਰਾ ਮਾਮਲਾ ਦੱਸੋਗੇ? ਜੀ ਪੁਨੀਤ, ਪੁਨੀਤ ਅਰਵਿੰਦ ਕੇਜਰੀਵਾਲ ਜੋ ਆਪਣੇ ਰਾਜਨੀਤਿਕ ਦੌਰੇ ਤੇ ਪੰਜਾਬ ਵਿੱਚ 5 ਦਿਨੀ ਜੋ ਉਹਨਾਂ ਦਾ ਰਾਜਨੀਤਿਕ ਦੌਰਾ ਸੀਗਾ, ਤਾਂ ਅੱਜ ਉਹ ਲੁਧਿਆਣੇ ਆਏ ਸੀ ਇਸ ਦੌਰੇ ਦੇ ਮੁਤਲਕ। ਸੋ ਅੱਜ ਸਵੇਰ ਤੋਂ ਹੀ ਕੁਝ ਲੋਕ ਅਰਵਿੰਦ ਕੇਜਰੀਵਾਲ ਦੇ ਆਉਣ ਤੇ ਕਾਲੇ ਝੰਡੇ ਲੈ ਕੇ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਲਈ ਸੜਕਾਂ ਤੇ ਖੜੇ ਸਨ। ਅਤੇ ਜਦ ਉਹਨਾਂ ਦਾ ਪ੍ਰੋਗਰਾਮ ਸੀ ਕੇਜਰੀਵਾਲ ਦਾ, ਉਹ ਹਸਨਪੁਰ ਪਿੰਡ ਨੇੜੇ ਇੱਕ ਵਿਸਲਿੰਗ ਵੁੱਡ ਰਿਜ਼ੋਰਟ ਹੈ, ਉੱਥੇ ਸੀਗਾ। ਸੋ ਜਦ ਕੇਜਰੀਵਾਲ ਅੰਦਰ ਆਪਣਾ ਭਾਸ਼ਣ ਦੇ ਰਹੇ ਸੀ ਤੇ ਕੁਝ ਲੋਕ ਜਿਨ੍ਹਾਂ ਵਿੱਚ ਕੁਝ ਦੰਗਾ ਪੀੜਤ ਵੀ ਸ਼ਾਮਿਲ ਸਨ, ਉਹ ਉਹਨਾਂ ਦੇ ਖਿਲਾਫ ਆਪਣੇ ਉਸ ਵਿਸਲਿੰਗ ਵੁੱਡ ਦੇ ਬਾਹਰ ਨਾਰੇ ਲਾ ਰਹੇ ਸਨ, ਅਰਵਿੰਦ ਗੋ ਬੈਕ ਅਤੇ ਹੋਰ ਨਾਰੇ ਲਾ ਰਹੇ ਸੀ ਉਹਨਾਂ ਦੇ ਖਿਲਾਫ। ਫਿਰ ਜਦ ਕੇਜਰੀਵਾਲ ਵਾਪਸ ਜਾਣ ਲੱਗੇ ਤਾਂ ਉਹਨਾਂ ਨੂੰ ਪੈਲਸ ਦੇ ਪਿਛਲੇ ਦਰਵਾਜ਼ੇ ਰਾਹੀਂ ਭੇਜਿਆ ਗਿਆ, ਅਤੇ ਜਦ ਉਹ ਮੇਨ ਰੋਡ ਦੀ ਬਜਾਏ ਹਸਨਪੁਰ ਪਿੰਡ ਦੇ ਰਾਹੀਂ ਵਾਪਸ ਜਾ ਰਹੇ ਸਨ ਤੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਉਹਨਾਂ ਦੀ ਗੱਡੀ ਦੇ ਉੱਤੇ ਪਥਰਾਵ ਕੀਤਾ, ਡਾਂਗਣ ਨਾਲ ਹਮਲਾ ਕੀਤਾ। ਉਹਨਾਂ ਦੀ ਜੋ ਚਿੱਟੇ ਰੰਗ ਦੀ ਇਨੋਵਾ ਗੱਡੀ ਸੀ PB8CX3600, ਜਿਸ ਵਿੱਚ ਕੇਜਰੀਵਾਲ ਸਵਾਰ ਸਨ ਅਤੇ ਅਗਲੀ ਸੀਟ ਤੇ ਬੈਠੇ ਸੀ, ਤੇ ਉਹਨਾਂ ਦੇ ਪੱਥਰ ਨਾਲ ਉਹਨਾਂ ਦੀ ਜੋ ਗੱਡੀ ਸੀ ਉਸਦਾ ਵਿੰਡਸ਼ੀਲਡ ਟੁੱਟ ਗਿਆ ਅਤੇ ਜਿਸਦੇ ਟੁਕੜੇ ਉਹਨਾਂ ਦੇ ਉੱਤੇ ਵੀ ਪਏ ਕੇਜਰੀਵਾਲ ਤੇ। ਖੈਰ, ਜੋ ਲੁਧਿਆਣਾ ਦਿਹਾਤੀ ਦੇ SSP ਰਵਚਰਨ ਸਿੰਘ ਬਰਾੜ ਸੀ, ਉਹ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਇਸ ਦੇ ਤਹਿਤ ਜੋ ਹੈ ਮਾਮਲਾ ਦਰਜ ਕਰ ਲਿਆ। ਜੀ ਪੁਰਨੀਤ ਜੀ, ਇਸ ਸਮੇਂ ਅਰਵਿੰਦ ਕੇਜਰੀਵਾਲ ਜੀ ਨੂੰ ਕੋਈ ਸੱਟਾਂ ਲੱਗੀਆਂ ਨੇ? ਜੀ ਬਿਲਕੁਲ, ਇਸ ਤਰ੍ਹਾਂ ਹੈ ਕਿ ਕੇਜਰੀਵਾਲ ਨੂੰ ਫਿਲਹਾਲ ਕੋਈ ਸੱਟ ਨਹੀਂ ਲੱਗੀ, ਕੋਈ ਉਹਨਾਂ ਦੀ ਇੰਜਰੀ ਨਹੀਂ ਹੋਈ। ਸੋ ਫਿਲਹਾਲ ਉਹ ਮੰਡੀ ਗੋਬਿੰਦਗੜ੍ਹ ਨੇ ਇਸ ਸਮੇਂ। ਜੀ ਵਰਿੰਦਰ, ਉਸ ਸਮੇਂ ਸੁਰੱਖਿਆ ਦੇ ਕਿਹੋ ਜਿਹੇ ਇੰਤਜ਼ਾਮ ਸਨ? ਜੀ ਦੇਖੋ, ਕਾਫੀ ਤਾਦਾਦ ਦੇ ਵਿੱਚ ਪੁਲਿਸ ਫੋਰਸ ਉੱਥੇ ਮੌਜੂਦ ਸੀ। ਸੋ ਉਹਨਾਂ ਨੇ ਜੋ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਜੋ ਕੇਜਰੀਵਾਲ ਨੂੰ ਆਪਣੇ ਜੋ ਮੈਰਿਜ ਆਪਣੇ ਵਿਸਲਿੰਗ ਵੁੱਡ ਸੀਗਾ ਪੈਲਸ ਸੀਗਾ, ਉਹਦੇ ਅਗਲੇ ਦਰਵਾਜ਼ੇ ਮੇਨ ਦਰਵਾਜ਼ੇ ਦੀ ਬਜਾਏ ਉਹਨਾਂ ਨੂੰ ਬੈਕ ਸਾਈਡ ਤੋਂ ਸੇਫ ਤਰੀਕੇ ਨਾਲ ਉਹਨਾਂ ਨੂੰ ਬਾਹਰ ਭੇਜਿਆ ਗਿਆ, ਉਹਨਾਂ ਨੂੰ ਗੱਡੀ 'ਚ ਬਿਠਾਇਆ ਗਿਆ। ਪਰ ਇਸ ਦੇ ਬਾਵਜੂਦ ਜੋ ਪ੍ਰਦਰਸ਼ਨ ਕਰ ਰਹੇ ਲੋਕ ਸੀ ਉਹਨਾਂ ਨੇ ਉਹਨਾਂ ਤੇ ਉਹਨਾਂ ਦੀ ਗੱਡੀ ਦੇ ਉੱਤੇ ਹਮਲਾ ਕੀਤਾ। ਜੀ ਵਰਿੰਦਰ, ਕੀ ਮੰਨਿਆ ਜਾ ਰਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਦੇ ਵਿੱਚ ਕੌਣ-ਕੌਣ ਸ਼ਾਮਲ ਸਨ? ਜੀ ਪ੍ਰਦਰਸ਼ਨਕਾਰੀਆਂ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਸਨ, ਜਿਨ੍ਹਾਂ ਦੇ ਵਿੱਚ ਜੋ ਦੰਗਾ ਪੀੜਤ ਸੀ ਉਹ ਵੀ ਮੌਜੂਦ ਸਨ। ਜੀ ਜੀ ਪ੍ਰਨੀਤ, ਇੱਥੇ ਦਰਸ਼ਕਾਂ ਨੂੰ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗੱਡੀ ਉੱਤੇ ਪਥਰਾ ਕੀਤਾ ਗਿਆ ਤੇ ਲਾਠੀਆਂ ਵਰਾਈਆਂ ਗਈਆਂ ਨੇ। ਜ਼ਿਕਰਯੋਗ ਹੈ ਕਿ ਜਦੋਂ ਤੋਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਆਏ ਨੇ, ਉਹਨਾਂ ਖਿਲਾਫ ਕਈ ਥਾਵਾਂ ਉੱਤੇ ਪ੍ਰਦਰਸ਼ਨ ਕੀਤੇ ਗਏ ਨੇ ਤੇ ਉਹਨਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਨੇ। ਇੱਥੇ ਕਿਤੇ ਨਾ ਕਿਤੇ ਮੌਜੂਦਾ ਸਰਕਾਰ ਦੇ ਆਗੂਆਂ ਵਿੱਚ ਅਰਵਿੰਦ ਕੇਜਰੀਵਾਲ ਪ੍ਰਤੀ ਲੋਕਾਂ ਦਾ ਝੁਕਾਅ ਦੇਖਦੇ ਹੋਏ ਇੱਕ ਡਰ ਜ਼ਰੂਰ ਨਜ਼ਰ ਆ ਰਿਹਾ ਹੈ।